ਸਪੁੱਤ ਤੇਰਾ ਹੈਡ ਡਾਊਨ ਕਾਸਟ ਤੋਂ ਚੰਗਾ ਪਰ ਹੱਸਦਾ ਸੀ ਮੋਡ ਕਾਸਟ ਤੋਂ ਆ ਜਿਹੜੇ ਦਰਵਾਜ਼ੇ ਉੱਤੇ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸਟ ਤੋਂ ਤੁਸੀਂ ਕੱਪੜੇ ਇੱਕੋ ਜਿਹੇ ਕਰਕੇ ਪਾਉਂਦੇ ਹੋ ਨਾ ਮੈਚ ਕਰਕੇ ਮਤਲਬ ਵਿੱਚ ਵਿੱਚ ਵਾਲੇ ਨਾ ਮਤਲਬ ਇੱਕ ਸਾਡਾ ਦੁਸ਼ਮਣ ਸੀਗਾ ਹੈ ਨਾ ਮਤਲਬ ਉਦੋਂ ਸਾਡੀ ਮਤਲਬ ਅਸੀਂ ਉਹ ਅੱਛਾ ਉਦੋਂ ਦੋਸਤ ਟੁੱਟੀ ਹੋਈ ਸੀ ਹਾਂਜੀ ਓਕੇ ਉਹ ਬੰਦਾ ਕੁੱਟ ਕੇ ਤੁਸੀਂ ਦੋਸਤ ਫੇਰ ਬਣ ਗਏ ਹਾਂਜੀ ਕੁੱਟ ਕਟਾ ਆਪਾਂ ਹੋਰ ਵੀ ਕਰਦੇ ਹਾਂ ਮੈਂ ਸੁਣਿਆ ਤੁਸੀਂ ਮੰਮੀ ਕਰਦੇ ਪਹਿਲਾਂ ਕਰਦੇ ਸੀ ਹੁਣ ਕੱਟ ਕਰਦੇ ਹੁਣ ਬਦਮਾਸ਼ੀ ਛੱਡੀ ਹੋਈ ਕਦੇ ਕਦੇ ਪਲਾਨ ਬਣਾ ਲੈਂਦੇ ਕਿ ਮਤਲਬ ਗਰਾਊਂਡ ਨਹੀਂ ਜਾਣਾ ਅੱਛਾ ਉਹ ਕਿਵੇਂ ਕਰਦੇ ਨੇ ਮਤਲਬ ਜਦੋਂ ਜਦੋਂ ਟਿਊਸ਼ਨ ਚੋਂ ਆਉਂਦੇ ਆ ਨਾ ਉਦੋਂ ਮਤਲਬ ਥੋੜਾ ਬਣਾ ਲੈਂਦੇ ਤੇ ਫਿਰ ਉਹ ਕੋਚ ਸਰ ਕਹਿੰਦੇ ਨਹੀਂ ਕੁਝ ਸਰ ਬਹੁਤ ਫ੍ਰੈਂਡਲੀ ਹੈ ਹਾਂ ਵਧੀਆ ਨੇ ਸਰ ਕ੍ਰਿਕਟ ਦੇ ਨੇ ਨਹੀਂ ਐਥਲੀਟ ਦੇ ਜਦੋਂ ਤੁਸੀਂ ਵੱਡੇ ਹੋ ਗਏ ਫਿਰ ਤੁਹਾਡੀਆਂ ਕੀ ਪਲੈਨਿੰਗਾਂ ਨੇ ਫਿਰ ਅਸੀਂ ਮਤਲਬ ਅਸੀਂ ਆ ਸੋਚੇ ਵੀ ਇੱਕੋ ਘਰ ਚ ਰਹਾਂਗੇ ਨਾਲੇ ਇੱਕੋ ਘਰ ਬਣਾਵਾਂਗੇ ਅੱਛਾ ਕੀ ਮਤਲਬ ਮੈਂ ਨਾਲ ਨਾਲ ਰਹੀਏ ਤੇ ਜੇ ਤੁਹਾਡੀਆਂ ਗਰਲਫ੍ਰੈਂਡਾਂ ਨੇ ਕਿਹਾ ਵੀ ਨਹੀਂ ਰਹਿਣਾ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਬਣਾਉਣੀ ਹੈ ਅਸੀਂ ਬਣਾਉਣੀ ਹੈ ਨਹੀਂ ਤੇ ਵਾਈਫ ਸੋਣੀ ਹੈ ਤੁਹਾਡੀ ਮੈਂ ਤਾਂ ਵਿਆਹ ਨਹੀਂ ਕਰਦਾ ਵਿਆਹ ਹੀ ਨਹੀਂ ਕਰਾ ਰਹੇ ਕਿਉਂ ਮਨ ਹੀ ਨਹੀਂ ਕੋਈ ਵਜ੍ਹਾ ਤਾਂ ਹੋਊ ਖਰਚਾ ਬਹੁਤ ਕਰਾਉਂਦੀ ਹੈ ਅੱਛਾ ਮੰਮਾ ਬਹੁਤ ਖਰਚਾ ਕਰਾਉਂਦੀ ਪਾਪਾ ਦਾ ਤਾਂ ਰੋਜ਼ ਕਹਿੰਦੇ ਰਹਿੰਦੇ ਮੈਨੂੰ ਆ ਲਿਆ ਕੇ ਦੋ ਮੈਨੂੰ ਆ ਲਿਆ ਕੇ ਠੀਕ ਹੈ ਜੇ ਕੁਛ ਜੇ ਲਿਆਵੇ ਦਿੰਦੇ ਜੇ ਪਸੰਦ ਨਹੀਂ ਆਇਆ ਫਿਰ ਚੇਂਜ ਕਰਾਓ ਤੇ ਮਤਲਬ ਅਸੀਂ ਨਾ ਮਤਲਬ ਜਿਹੜੇ ਮਤਲਬ ਐਵੇਂ ਮਤਲਬ ਅਵਾਰਾ ਘੁੰਮਦੇ ਰਹਿੰਦੇ ਆ ਡੌਗਸ ਮਤਲਬ ਕੁਛ ਵੀ ਖਾਂਦੇ ਰਹਿੰਦੇ ਆ ਵੀ ਮਤਲਬ ਹੁਣ ਕਈਆਂ ਦੀ ਡੈਥ ਹੋ ਜਾਂਦੀ ਹੈ ਮੈਂ ਗੱਡੀ ਨੀਚੇ ਆ ਜਾਂਦੇ ਆ ਹੈ ਨਾ ਮਤਲਬ ਅਸੀਂ ਮਤਲਬ ਇੱਕ ਘਰ ਜਿਹਾ ਬਣਾਵਾਂਗੇ ਹੈ ਨਾ ਉਹਦੇ ਵਿੱਚ ਮਤਲਬ ਨਿੱਕੇ ਨਿੱਕੇ ਘਰ ਉਹਦੇ ਵਿੱਚ ਮਤਲਬ ਖਾਣਾ ਵਗੈਰਾ ਅਸੀਂ ਰੱਖਦਿਆ ਕਰਾਂਗੇ ਤਾਂ ਮਤਲਬ ਜਿਹੜੇ ਜਿਹੜੇ ਜਿੰਨਾ ਹੋ ਸਕਦਾ ਮੇਰੇ ਡੌਗ ਮਿਲ ਜਾਂਦੇ ਆ ਮਤਲਬ ਅਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਰੱਖਿਆ ਕਰਾਂਗੇ ਵੀ ਬਰਥਡੇ 'ਤੇ ਦੋਨੋਂ ਸੇਮ ਸੇਮ ਦਿਖੀਏ ਵੀ ਐਵੇਂ ਲੱਗੇ ਵੀ ਅਸੀਂ ਦੋਨੋਂ ਭਰਾ ਅਲੱਗ ਅਲੱਗ ਹੋਣਾ ਪੈ ਗਿਆ ਫਿਰ ਕੀ ਕਰੋਗੇ ਅਸੀਂ ਅਲੱਗ ਨਹੀਂ ਹੋਵਾਂਗੇ ਸਭ ਕੁਛ ਮਰਜ਼ੀ ਕਹਿ ਦਿਓ ਬਾਹਰ ਹੋ ਰਹੀ ਬਾਰਿਸ਼ ਔਰ ਮੈਂ ਕਮਰੇ ਮੇਂ ਅਕੇਲਾ ਅੰਧੇਰਾ ਬੜਾ ਜ਼ਾਲਿਮ ਮੁਝੇ ਸੋਨੇ ਨਹੀਂ ਦੇ ਰਹਾ ਦੋ ਘੰਟੇ ਸੇ ਲਿਖਨੇ ਕੀ ਮੈਂ ਕੋਸ਼ਿਸ਼ ਹੀ ਕਰ ਰਹਾ ਹੂੰ ਆਪਣੇ ਘਰ ਕੇ ਅੰਦਰ ਘਰ ਬਣਾ ਕੇ ਬੈਠਾ ਹੂੰ ਮੈਂ ਮੇਰਾ ਲਾਜ਼ਮ ਨਹੀਂ ਹੈ ਮੁਝ ਪੇ ਕਿ ਮੈਂ ਸੁਣੂੰ ਸਭ ਕੀ ਬਾਤੇਂ ਲੇਕਰ ਵੀ ਸੁਣ ਲੇਤਾ ਹੂੰ ਕਿਉਂਕਿ ਥੋੜਾ ਨਰਮ ਦਿਲ ਜੁਟੇਰਾ ਅਸੀਂ ਹੀਰੋਇਨ ਦੀ ਕੋਈ ਮੂਵੀ ਨਹੀਂ ਦੇਖਦੇ ਤੇ ਮੂਵੀ 'ਚ ਤਾਂ ਹੁੰਦੀਆਂ ਨਹੀਂ ਹੀਰੋਇਨ ਹਾਂ ਉਹ ਹੁੰਦੀਆਂ ਪਰ ਅਸੀਂ ਮਤਲਬ ਹੁੰਦੀਆਂ ਨੇ ਪਰ ਅਸੀਂ ਉਹ ਵਾਲੇ ਸੀਨ ਹੀ ਕੱਟ ਦਿੰਦੇ ਹਾਂ ਬਸ ਮਤਲਬ ਉਹ ਮੁੰਡਾ ਹੈ ਹੈ ਨਾ ਮਤਲਬ ਸਾਨੂੰ ਰੋਜ਼ ਕਾਇੰਡ ਆਫ ਰੋਜ਼ ਹੀ ਤੰਗ ਕਰਦਾ ਸਾਨੂੰ ਹੈ ਨਾ ਇੱਕ ਵਾਰ ਸਾਡਾ ਇੱਕ ਦੋਸਤ ਹੋਰ ਆ ਗਰਾਊਂਡ 'ਚ ਅੰਸ਼ ਮਤਲਬ ਉਹਦਾ ਰੀਅਲ ਨੇ ਭੁਵਨ ਸ਼ਾਹ ਹੈ ਨਾ ਉਹਨੇ ਨਾ ਮਤਲਬ ਸਾਨੂੰ ਰੋਜ਼ ਮਤਲਬ ਗਾਲਾਂ ਵੀ ਥੋੜ੍ਹੀ ਬਹੁਤ ਕੱਢਦਾ ਅਤੇ ਰੋਜ਼ ਮਤਲਬ ਤੰਗ ਵੀ ਕੱਢਦਾ ਸੀ ਕਹਿੰਦੇ ਚਲੋ ਚਲੋ ਛੱਡਾ ਜਵਾਕ ਹੀ ਜਾਂ ਸਾਡੇ ਵਾਂਗੂ ਹੀ ਆ ਛੱਡੋ ਨਹੀਂ ਕੁੱਟਦੇ ਦੋਸਤੋ ਯਾਰੀਆਂ ਪ੍ਰੋਗਰਾਮ ਲੈ ਕੇ ਅੱਜ ਫਿਰ ਹਾਜ਼ਰ ਹਾਂ ਤੁਸੀਂ 3-4 ਐਪੀਸੋਡ ਸਾਡੇ ਦੇਖ ਚੁੱਕੇ ਹੋ ਪਰ ਅੱਜ ਦਾ ਐਪੀਸੋਡ ਆ ਜਿਹੜਾ ਇਹ ਬਹੁਤ ਜ਼ਿਆਦਾ ਸਪੈਸ਼ਲ ਹੈ
ਖੁੱਲ੍ਹਾ ਟਾਈਮ ਕੱਢ ਕੇ ਠਰੰਮੇ ਨਾਲ ਬਹਿ ਕੇ ਦੇਖਿਓ, ਕਿਉਂਕਿ ਅੱਜ ਸਾਡੇ ਜਿਹੜੇ ਮਹਿਮਾਨ ਨੇ ਉਹ ਬਹੁਤ ਛੋਟੀ ਉਮਰ ਦੇ ਤਾਂ ਹੈਗੇ ਨੇ, 9-10 ਸਾਲ ਦੇ, ਪਰ ਇਹਨਾਂ ਦੀ ਯਾਰੀ ਦਹਾਕਿਆਂ ਪੁਰਾਣੀ ਲੱਗਦੀ ਹੈ। ਸੋ ਅੱਜ ਸਾਡੇ ਮਹਿਮਾਨ ਨੇ ਇਹਨਾਂ ਦੀਆਂ ਕਹਾਣੀਆਂ ਸੁਣਦਿਆਂ ਨਿੱਕੀਆਂ ਨਿੱਕੀਆਂ ਪਿਆਰੀਆਂ ਪਿਆਰੀਆਂ। ਸਾਡੇ ਮਹਿਮਾਨ ਨੇ ਨਵਜੋਤ ਅਤੇ ਪ੍ਰਥਮ, ਕੀ ਹਾਲ ਚਾਲ ਹੈ? ਵਧੀਆ ਵਧੀਆ। ਠੀਕ ਹੋ? ਹਾਂਜੀ। ਤੁਸੀਂ ਕੱਪੜੇ ਇੱਕੋ ਜਿਹੇ ਕਰਕੇ ਪਾਉਂਦੇ ਹੋ ਨਾ, ਮੈਚ ਕਰਕੇ? ਕਿਉਂ? ਕਿਉਂਕਿ ਉਹਦੇ ਵਿੱਚ ਅਸੀਂ ਇੱਕੋ ਜਿਹੇ ਲਾਏ ਆ। ਅੱਛਾ, ਤੁਹਾਡੀ ਸ਼ਰਟਾਂ ਦੇ ਕਲਰ ਵੀ ਤਕਰੀਬਨ ਇੱਕੋ ਜਿਹੇ ਨੇ, ਪੈਂਟਾਂ ਦੇ ਵੀ ਇੱਕੋ ਜਿਹੇ ਨੇ ਨਾ? ਹਾਂਜੀ। ਸੇਮ ਕਾਰਗੋ ਪੋਕਟਾਂ ਵਾਲੀਆਂ? ਹਾਂਜੀ। ਸ਼ੂਜ਼ ਵੀ? ਠੀਕ ਹੈ ਠੀਕ ਹੈ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਚੌਥੀ 'ਚ। ਚੌਥੀ 'ਚ। ਕਿੰਨੇ ਕਿੰਨੇ ਸਾਲ ਦੇ ਤੁਸੀਂ? ਮੈਂ 10 ਦਾ। ਮੈਂ 9 ਦਾ। ਤੁਸੀਂ ਕਿੱਥੇ ਮਿਲੇ ਸੀ ਪਹਿਲਾਂ? ਅਸੀਂ ਇੱਕ ਉਹ ਗਰਾਊਂਡ 'ਚ ਮਿਲੇ ਸੀ, ਮਤਲਬ ਪਹਿਲਾਂ ਆਪਦੇ ਦੋਸਤਾਂ ਨਾਲ ਖੇਡਦੇ ਸੀ, ਮੈਂ ਨਵਾਂ ਨਵਾਂ ਆਇਆ ਸੀ ਉਦੋਂ, ਹੈ ਨਾ, ਅਤੇ ਮਤਲਬ ਪਹਿਲਾਂ ਨੇ ਆਪਦੇ ਦੋਸਤਾਂ ਨਾਲ ਖੇਡਦਾ ਸੀ। ਬਾਅਦ 'ਚ ਜਦੋਂ ਇਹਨੂੰ ਮੈਨੂੰ ਮਤਲਬ ਇਕੱਲੇ ਨੂੰ ਵੇਖ ਲਿਆ, ਬਾਅਦ 'ਚ ਮਤਲਬ ਮੇਰੇ ਕੋਲ ਆਇਆ, ਕਹਿੰਦਾ ਤੂੰ ਮੇਰਾ ਦੋਸਤ ਬਣੂ, ਮੈਂ ਕਿਹਾ ਹਾਂ ਬਣ ਜੂੰਗਾ, ਹੈ ਨਾ, ਅਤੇ ਬਾਅਦ 'ਚ ਮਤਲਬ ਮੇਰੇ ਨਾਲ ਰੋਜ਼ ਖੇਡਦਾ ਰਹਿੰਦਾ ਸੀ, ਫਿਰ ਮਤਲਬ ਬਾਅਦ 'ਚ ਅਸੀਂ ਬੈਸਟ ਫਰੈਂਡ ਬਣ ਗਏ, ਬੱਚਿਆਂ ਨੇ ਮਤਲਬ ਆਪਦੇ ਦੋਸਤਾਂ ਨਾਲ ਮਤਲਬ ਦੋਸਤੀ ਤੋੜਤੀ, ਫਿਰ ਅਸੀਂ ਆਪਸ 'ਚ ਮਤਲਬ ਗੱਲਾਂ ਬਾਤਾਂ ਮਤਲਬ ਖੇਡਦੇ ਹੁੰਦੇ ਸੀ। ਅੱਛਾ, ਅਤੇ ਤੁਸੀਂ ਇੱਕ ਸਕੂਲ ਦੇ ਨਹੀਂ ਨਾ, ਇੱਕ ਸਕੂਲ 'ਚ ਨਹੀਂ ਪੜ੍ਹਦੇ, ਅਲੱਗ ਅਲੱਗ ਸ਼ਾਮ ਨੂੰ ਇਕੱਠੇ ਹੁੰਦੇ ਹੋ? ਹਾਂਜੀ। ਗਰਾਊਂਡ ਖੇਡਣ ਜਾਂਦੇ ਹੋ? ਕੀ ਖੇਡਦੇ ਹੁੰਦੇ ਹੋ? ਅਸੀਂ ਐਥਲੀਟਸ। ਐਥਲੀਟ ਹੋ? ਉੱਥੇ ਭੱਜਦੇ ਹਾਂ। ਭੱਜਦੇ? ਤੇਜ਼ ਕੌਣ ਭੱਜਦਾ? ਇਹ ਤੇਜ਼ ਭੱਜਦਾ। ਫਿਰ ਫਸਟ ਕੌਣ ਆਉਂਦਾ? ਮਤਲਬ ਦੋਨੋਂ ਨਾਲ ਭੱਜ ਲੈਂਦੇ ਆ ਕਦੇ ਕਦੇ। ਅੱਛਾ, ਇੱਕ ਹਾਰਨ ਨਹੀਂ ਦਿੰਦੇ ਇੱਕ ਦੂਜੇ ਨੂੰ? ਹਾਂਜੀ। ਬੱਲੇ ਬੱਲੇ ਹੈ ਤੇ ਲੜਾਈ ਲੁੜੀ? ਲੜਾਈ ਲੁੜੀ ਪਹਿਲਾਂ ਹੁੰਦੀ ਸੀ ਜਦ ਅਸੀਂ ਪਹਿਲਾਂ ਸੀ, ਪਰ ਹੁਣ ਨਹੀਂ ਸਾਡੀ ਹੁੰਦੀ। ਪਹਿਲਾਂ ਕੀ ਹੁੰਦਾ ਹੁੰਦਾ ਸੀ? ਪਹਿਲਾਂ ਮਤਲਬ ਪਹਿਲਾਂ ਤਾਂ ਛੋਟੀ ਛੋਟੀ ਗੱਲਾਂ ਤੇ ਲੜਾਈ, ਪਹਿਲਾਂ ਛੋਟੀ ਛੋਟੀ ਗੱਲਾਂ ਲੜਾਈ ਹੋ ਜਾਂਦੀ ਸੀ। ਅੱਛਾ, ਕਿ ਮਤਲਬ ਨਾ ਅਸੀਂ ਸਾਡੀ ਇੱਕ ਵਾਰ ਮੈਂ ਦੋਸਤੀ ਟੁੱਟ ਗਈ ਸੀ ਨਿੱਕੀ ਮੋਟੀ ਚੀਜ਼ 'ਚ, ਬਾਅਦ 'ਚ 5 ਮਿੰਟ ਬਾਅਦ ਹੀ ਫਿਰ ਤੋਂ ਅਸੀਂ ਦੋਸਤ ਬਣ ਗਏ। ਮਤਲਬ ਵਿੱਚ ਵਿਚਾਲੇ ਨਾ ਮਤਲਬ ਇੱਕ ਉਹ ਸਾਡਾ ਦੁਸ਼ਮਣ ਸੀਗਾ, ਹੈ ਨਾ, ਮਤਲਬ ਉਦੋਂ ਸਾਡੀ ਮਤਲਬ ਅਸੀਂ ਉਹ ਸੀਗੀ ਸਾਡੀ ਮਤਲਬ ਦੋਸਤੀ ਟੁੱਟ ਗਈ ਸੀ, ਹੈ ਨਾ, ਮਤਲਬ ਉਹ ਇਹਨੂੰ ਵਾਰ ਵਾਰ ਤੰਗ ਕਰੀ ਜਾਂਦਾ ਸੀ, ਹੈ ਨਾ, ਮਤਲਬ ਇਹਨੂੰ ਬਹੁਤ ਤੰਗ ਕਰੀ ਜਾਂਦਾ ਸੀ, ਬਾਅਦ 'ਚ ਇਹ ਉਹਦੇ ਪਿੱਛੇ ਭੱਜ ਪਿਆ, ਮਤਲਬ ਇੱਥੋਂ ਫੜਿਆ ਨਹੀਂ ਗਿਆ, ਬਾਅਦ 'ਚ ਮੈਂ ਨਾ ਇੱਕ ਸ਼ਾਰਟਕੱਟ ਸੀਗਾ, ਮੈਂ ਉੱਥੋਂ ਪਿੱਛੇ ਉਹਦੇ ਪਿੱਛੇ ਗਿਆ, ਉਹਨੂੰ ਫੜ ਲਿਆ, ਹੈ ਨਾ, ਅਤੇ ਬਾਅਦ 'ਚ ਮਤਲਬ ਇਹਨੂੰ ਵੀ ਫੜ ਲਿਆ, ਹੈ ਨਾ, ਬਾਅਦ 'ਚ ਅਸੀਂ ਮਤਲਬ ਅਸੀਂ ਫਿਰ ਦੋਸਤ ਬਣ ਗਏ, ਅਤੇ ਫਿਰ ਬਾਅਦ 'ਚ ਅਸੀਂ ਫਿਰ ਵਾਪਸ ਦੋਸਤ ਬਣ ਗਏ, ਫਿਰ ਅਸੀਂ ਵਾਪਸ ਫਿਰ ਤੋਂ ਦੋਸਤ ਬਣ ਗਏ। ਅੱਛਾ, ਉਦੋਂ ਦੋਸਤ ਟੁੱਟੀ ਹੋਈ ਸੀ? ਹਾਂਜੀ। ਓਕੇ, ਉਹ ਬੰਦਾ ਕੁੱਟ ਕੇ ਤੁਸੀਂ ਦੋਸਤ ਫੇਰ ਬਣ ਗਏ? ਹਾਂਜੀ। ਤੇ ਕੁੱਟ ਕਟਾ ਆਪਾਂ ਹੋਰ ਵੀ ਕਰਦੇ ਹਾਂ? ਨਹੀਂ, ਹੁਣ ਨਹੀਂ ਕਰਦੇ, ਪਹਿਲਾਂ ਕਰਦੇ ਸੀ, ਹੁਣ ਕੱਟ ਕਰਦੇ, ਹੁਣ ਬਦਮਾਸ਼ੀ ਛੱਡੀ ਹੋਈ। ਹਾਂਜੀ। ਤੇ ਜੇ ਮਤਲਬ ਫਿਰ ਲੜਨਾ ਲੜਨਾ ਪੈ ਜੇ, ਲੜਦੇ ਨਹੀਂ ਹੁੰਦੇ? ਨਹੀਂ, ਜੇ ਮਤਲਬ ਕੋਈ ਪਹਿਲਾਂ ਸਾਨੂੰ ਜੇ ਕੋਈ ਪਹਿਲਾਂ ਤੰਗ ਕਰਦਾ ਫੇਰ ਅਸੀਂ ਮਾਰਦੇ ਹਾਂ। ਅੱਛਾ, ਪਹਿਲੇ ਪਹਿਲ ਨਹੀਂ ਕਰਦੇ ਹੈ? ਹਾਂਜੀ। ਹੋਰ ਕੀ ਕੀ ਕਰਦੇ ਹੋ? ਹੋਰ ਬਸ ਅਸੀਂ ਖੇਡਦੇ ਰਹਿੰਦੇ ਹਾਂ, ਖੇਡਦੇ ਰਹਿੰਦੇ ਹਾਂ, ਕਦੇ ਕਦਾਰ ਅਸੀਂ ਪਾਰਕ 'ਚ ਕ੍ਰਿਕਟ ਖੇਡ ਲੈਂਦੇ ਹਾਂ, ਕਦੇ ਭੱਜਦੇ ਹਾਂ, ਕਦੇ ਟੀਵੀ ਦੇਖ ਲੈਂਦੇ ਹਾਂ। ਓਕੇ, ਟੀਵੀ 'ਤੇ ਕੀ ਦੇਖਦੇ ਹੋ? ਟੀਵੀ 'ਤੇ ਕੋਈ ਵੀ ਵੀਡੀਓ, ਕੋਈ ਵੀ ਵੀਡੀਓ ਵਗੈਰਾ, ਜੋ ਵੀ ਸਾਹਮਣੇ ਆ ਜਾਵੇ। ਵੀਡੀਓ ਗੇਮ ਵੀ ਖੇਡਦੇ ਹੋ? ਹਾਂ, ਕਦੇ ਕਦਾਰ। ਕਦੇ ਕਦੇ ਕਿਉਂ? ਅੱਜ ਕੱਲ੍ਹ ਤਾਂ ਜਵਾਕ ਬਹੁਤ ਖੇਡਦੇ ਨੇ। ਕਿਉਂਕਿ ਸਾਨੂੰ ਜ਼ਿਆਦਾਤਰ ਟੀਵੀ ਵੇਖਣੀ ਪਸੰਦ ਆ। ਅੱਛਾ, ਕੀ ਕਿਉਂ ਕਰੋ ਕੁੱਟ ਕੱਟ ਪੈਂਦੀ ਹੈ? ਨਾ, ਘਰ ਦਾ ਨਹੀਂ ਕੁੱਟ ਪੈਂਦੀ, ਉਹਨੇ ਥੋੜ੍ਹੀ ਪੈਂਦੀ ਹੈ ਜ਼ਿਆਦਾ ਨਹੀਂ। ਉਹਦੇ ਮੋਬਾਈਲ 'ਤੇ ਖੇਡਣ ਵਾਸਤੇ, ਖੇਡਣ ਲਈ ਮਤਲਬ ਕਿ ਡਾਂਟ ਪੈ ਜਾਂਦੀ ਹੈ, ਕੁੱਟ ਨਹੀਂ ਪੈਂਦੀ, ਕੁੱਟ ਨਹੀਂ ਪੈਂਦੀ। ਮੈਨੂੰ ਪਤਾ ਲੱਗਿਆ ਤੁਸੀਂ ਫੋਨ ਫਾਨ ਵੀ ਖਰਾਬ ਕਰੇ ਤੇ ਕਰੇ। ਹਾਂ, ਕਰੇ। ਕਿਉਂ, ਕਾਹਦੇ ਨਾਲ?
ਗੇਮ ਖੇਡ ਖੇਡ ਕੇ ਫੋਨ ਹੈਂਗ ਨਹੀਂ ਹੋ ਜਾਂਦਾ। ਹਾਂ ਬਾਅਦ ਚੋਂ ਮੰਮਾ ਨੇ ਉਹ ਗੇਮ ਡਿਲੀਟ ਕਰਤੀ, ਬਾਅਦ ਚੋਂ ਫੋਨ ਨੂੰ ਠੀਕ ਕਰਵਾ ਕੇ ਲਿਆ। ਮੇਰਾ ਸ਼ਰਾਰਤੀ ਤਾਂ ਤੁਸੀਂ ਬਹੁਤ, ਮੈਨੂੰ ਪਤਾ ਲੱਗਿਆ। ਹਾਂਜੀ ਟੀਵੀ ਕਿਵੇਂ ਤੋੜਿਆ ਸੀ? ਟੀਵੀ ਉਹ ਨਾ ਇੱਕ ਮੇਰੀ ਭੈਣ ਦੀ ਦੋਸਤ ਸੀ ਹਨਾ, ਤੇ ਮਤਲਬ ਉਹ ਮੇਰੇ ਦੋਸਤ ਦੀ ਭੈਣ ਤੇ ਮੇਰੀ ਭੈਣ ਇਹ ਤੇ ਮੈਂ ਹਨਾ ਅਸੀਂ ਪਕੜਾ ਪਕੜਾਈ ਖੇਡੀ ਜਾਂਦੇ ਸੀ ਮਤਲਬ ਘਰੇ ਹਨਾ, ਤੇ ਮਤਲਬ ਇੱਕਦਮ ਨਾ ਉਹ ਮੇਰੀ ਭੈਣ ਦੀ ਦੋਸਤ ਨੇ ਦਰਵਾਜ਼ਾ ਬੰਦ ਕਰਤਾ ਹਨਾ, ਅਸੀਂ ਉਹਨੂੰ ਫੜਨਾ ਸੀ ਹਨਾ, ਨਾਲ ਹੀ ਟੀ ਵੀ ਸੀ ਹਨਾ, ਅਸੀਂ ਮਤਲਬ ਖਿੱਚ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਗੇਟ ਨੂੰ ਹਨਾ, ਉਹਨੇ ਇੱਕਦਮ ਨਾ ਉਹ ਟੀ ਵੀ 'ਤੇ ਭਾਰ ਪਾ ਕੇ ਥੱਲੇ ਡੇਕਤਾ, ਟੁੱਟ ਗਿਆ। ਫਿਰ ਪਈਆਂ ਹੋਣਗੀਆਂ? ਪਈਆਂ ਤਾਂ ਨਹੀਂ, ਲੇਕਿਨ ਥੋੜ੍ਹੀ ਦੇਰ ਅਸੀਂ ਰੂਮ 'ਚ ਬੰਦ ਹੋ ਗਏ ਸੀ ਸਾਰੇ ਜਾਣੇ। ਸਾਰੇ ਨਹੀਂ ਮਤਲਬ ਇੱਕ ਪ੍ਰਥਮ ਘਰ ਚਲਾ ਗਿਆ ਸੀ, ਇੱਕ ਮੇਰੇ ਭੈਣ ਦੇ ਦੋਸਤ ਘਰ ਚਲੇ ਗਏ ਸੀ। ਅੱਛਾ ਇਹ ਨਿਕਲ ਗਿਆ ਬਹਿ ਬਹਿ ਕੇ, ਇਹ ਬਚ ਗਿਆ ਸੀ, ਇਹਦੇ ਵੀ ਪਈਆਂ ਹੋਣਗੀਆਂ ਹੁੰਦਾ ਨਹੀਂ? ਘਰੇ ਜਾ ਕੇ ਡਾਂਟ ਸਾਨੂੰ ਸਾਰਿਆਂ ਨੂੰ ਪਈ ਸੀ ਥੋੜ੍ਹੀ। ਹਾਂ ਡਾਂਟ ਤਾਂ। ਹੋਰ ਕੀ ਸ਼ਰਾਰਤਾਂ ਕਰਦੇ ਹੁੰਦੇ ਸੀ? ਹੋਰ ਤਾਂ ਕੁਛ, ਹੋਰ ਕੁਛ ਨਹੀਂ। ਨਹੀਂ ਇਹ ਤਾਂ ਹੋ ਨਹੀਂ ਸਕਦਾ, ਭੈਣਾਂ ਨੂੰ ਤੰਗ ਕਰ ਦਿੰਦੇ ਆ। ਭੈਣਾਂ ਨੂੰ ਤੰਗ ਕਰਦੇ ਨੇ ਕਿਉਂ? ਕਿਉਂਕਿ ਉਹ ਵੱਡੀਆਂ ਨੇ ਥੋੜੇ ਤੋਂ। ਅੱਛਾ ਕੀ ਤੰਗ ਕਰਦੇ ਨੇ? ਉਹ ਨਾ ਸਾਨੂੰ ਤੰਗ ਕਰਦੀ ਰਹਿੰਦੀ ਆ ਵੀ ਜਦ ਅਸੀਂ ਟੀਵੀ ਦੇਖਦੇ ਆ ਉਹ ਟੀਵੀ ਦਾ ਰਿਮੋਟ ਛਿੰਨਦੀ ਰਹਿੰਦੀਆਂ ਨੇ, ਬਾਅਦ ਚੋਂ ਸਾਡੀ ਲੜਾਈ ਪੈ ਜਾਂਦੀ ਹੈ, ਬਾਅਦ ਚੋਂ ਉਹ ਕਹਿੰਦੀਆਂ ਮੰਮਾ ਨੂੰ ਵੀ ਮੰਮਾ ਇਹ ਮੈਨੂੰ ਤੰਗ ਕਰੀ ਜਾਂਦਾ ਹੈ, ਫਿਰ ਕੁੱਟ ਪੈਂਦੀ ਹੈ। ਬਾਅਦ ਚ ਹੱਥ ਡਾਂਟ ਪੈਂਦੀ ਹੈ, ਬਾਅਦ ਚ ਰਿਮੋਟ ਲੈ ਕੇ ਭੱਜ ਜਾਂਦੀ ਹੈ। ਤੁਸੀਂ ਡਾਂਸ ਵੀ ਕਰਦੇ ਹੋ? ਹਾਂਜੀ। ਕਿਹੜਾ ਡਾਂਸ ਕਰਦੇ ਹੋ? ਚਿਕਨ ਲੈਗ ਪੀਸ। ਇਹ ਕਿਹੜਾ? ਇਹ ਇੱਕ ਹੁਣ ਮਤਲਬ ਸ਼ਾਰਟਸ ਦੇ ਵਿੱਚ ਇੱਕ ਰੈਪ ਹੁੰਦਾ ਹੈ। ਓਕੇ ਨਿਕਾ ਰੈਪ ਹੈ। ਆਉਂਦਾ ਸੁਣ? ਹਾਂਜੀ ਸੁਣਾਓ। ਨਹੀਂ ਡਾਂਸ ਕਰਨਾ, ਡਾਂਸ ਕਰਨਾ ਹੁੰਦਾ ਹੈ, ਗਾਣਾ ਉਹਨਾਂ ਵਧੀਆ ਤੋਂ ਨਹੀਂ ਆਉਂਦਾ ਬਸ। ਅੱਛਾ ਕੀ ਬੋਲਦਾ ਕੀ ਹੁੰਦਾ ਉਹ? ਮੈਂ ਤਾਂ ਸੁਣਿਆ ਨਹੀਂ ਕਦੇ। ਮਤਲਬ ਪਹਿਲਾਂ ਚਿਕਨ ਲੈਗ ਪੀਸ, ਚਿਕਨ ਲੈਗ ਪੀਸ ਮਤਲਬ ਐਵੇਂ ਜਿਹਾ ਬੋਲਦੇ ਹਾਂ, ਚਿਕਨ ਮਸਾਲਾ। ਹਾਂ ਮਤਲਬ ਚਿਕਨ, ਜਾਂ ਫਿਰ ਚਿਕਨ ਮਸਾਲਾ ਰਾਈਸ। ਅੱਛਾ ਤੁਸੀਂ ਖਾਣ, ਤੁਸੀਂ ਕੀ ਖਾਣੇ ਪੀਂਦੇ ਹੋ, ਕੀ ਫੇਵਰੇਟ ਆ ਤੁਹਾਡਾ? ਮੇਰਾ ਮਤਲਬ ਇਹਦਾ ਤਾਂ ਇੱਕ ਆਈਸਕ੍ਰੀਮ ਆ, ਇੱਕ ਪੀਜ਼ਾ, ਮੇਰਾ ਆਈਸਕ੍ਰੀਮ ਪੀਜ਼ਾ ਤੇ ਦੋਸਤ ਆ। ਇਹਦਾ? ਇਹਦਾ ਇੱਕ ਆਈਸਕ੍ਰੀਮ ਤੇ ਪੀਜ਼ਾ। ਇਹ ਤੈਨੂੰ ਪਤਾ ਇਹਦਾ ਕੀ ਫੇਵਰੇਟ ਹੈ? ਡੋਸਾ, ਆਈਸਕ੍ਰੀਮ ਤੇ ਪੀਜ਼ਾ। ਸਹੀ ਹੈ। ਤੁਸੀਂ ਯਾਰ ਬਹੁਤ ਇੱਕ ਦੂਜੇ ਬਾਰੇ ਜਾਣਦੇ ਹੋ। ਡੋਸਾ ਬਹੁਤ ਵਧੀਆ ਲੱਗਦਾ ਹੈ, ਰੋਜ਼ ਮੰਗਵਾਉਂਦਾ ਰਹਿੰਦਾ ਹੈ ਜਦੋਂ ਜੀ ਕਰਦਾ ਹੈ। ਇਕੱਠੇ ਫਿਰ ਤੁਸੀਂ ਉਹ ਇਕੱਠੇ ਹੋ ਕੇ ਵੀ ਮੰਗਾਉਂਦੇ ਹੋ, ਆਰਡਰ ਉਡਰ ਕਰਦੇ ਹੋ? ਹਾਂ। ਆਪਣੇ ਆਪ ਕਰਦੇ ਹੋ ਕਿ ਮੰਮਾ ਕਰਦੇ ਆ? ਮੰਮਾ ਦੱਸ ਦਿੰਦੇ ਹੋ ਵੀ ਆਪ ਮੰਗਵਾ ਦਿਓ, ਹੈ? ਹਾਂਜੀ। ਤੇ ਫਿਰ ਪਾਰਟੀ ਪੂਰਟੀ ਕਿਵੇਂ ਚੱਲਦੀ ਤੁਹਾਡੀ? ਪਾਰਟੀ ਤਾਂ ਵਧੀਆ ਹੁੰਦੀ। ਵਧੀਆ। ਸਹੇਲੀਆਂ ਸਹੂਲੀਆਂ ਬਣ ਜਾਂਦਾ? ਨਾ। ਦੱਸ ਦਿਓ। ਨਹੀਂ ਨਹੀਂ ਮੈਨੂੰ ਲੱਗਦਾ। ਨਹੀਂ ਪੱਕਾ? ਨਹੀਂ ਕਿ ਐਂ ਕਹਿ ਕੇ ਆਇਆ ਇੱਕ ਦੂਜੇ ਨੂੰ ਵੀ ਉੱਥੇ ਇਹ ਗੱਲ ਨਹੀਂ ਕਰਨੀ ਯਾਰ? ਨਾ। ਅੱਛਾ ਤੁਸੀਂ ਆਪਸ ਵਿੱਚ ਗੱਲ ਤਾਂ ਕਰੀ ਹੋਊਗੀ ਹੈ ਨਾ ਵੀ ਆਪਾਂ ਇੰਟਰਵਿਊ ਤੇ ਚੱਲੇ ਆ ਵੀ ਆਹ ਆਹ ਗੱਲ ਨਹੀਂ ਕਰ? ਕਦੇ ਕਦਾਰ ਪਲਾਨ ਬਣਾ ਲੈਂਦੇ ਕਿ ਮਤਲਬ ਗਰਾਊਂਡ ਨਹੀਂ ਜਾਣਾ। ਅੱਛਾ ਉਹ ਕਿਵੇਂ ਕਰਦੇ ਨੇ? ਮਤਲਬ ਜਦੋਂ ਜਦੋਂ ਟਿਊਸ਼ਨ ਚੋਂ ਆਉਂਦੇ ਆ ਨਾ ਉਦੋਂ ਮਤਲਬ ਥੋੜਾ ਬਣਾ ਲੈਂਦੇ। ਤੇ ਫਿਰ ਉਹ ਕੋਚ ਸਰ ਕਹਿੰਦੇ ਨਹੀਂ ਕੁਝ? ਸਰ ਬਹੁਤ ਫਰੈਂਡਲੀ ਹੈ। ਹਾਂ ਵਧੀਆ ਨੇ ਸਰ। ਕ੍ਰਿਕਟ ਦੇ ਨੇ? ਨਹੀਂ ਐਥਲੀਟ। ਐਥਲੀਟ ਦੇ? ਤੁਸੀਂ ਐਥਲੀਟ ਹੋ ਨਾ। ਤੇ ਹੋਰ ਕੀ ਤੁਹਾਡਾ ਫੇਵਰਿਟ ਹੈ? ਹੋਰ ਤਾਂ ਮੇਰਾ ਤਾਂ ਕ੍ਰਿਕਟ ਹੈ ਮੇਰਾ, ਐਥਲੀਟਸ ਰਨਿੰਗ ਵਗੈਰਾ। ਓਕੇ ਓਕੇ। ਥੋੜੀ ਜਿਹੀ ਤਕੜਾ ਕਿਹੜਾ? ਨਹੀਂ ਇਹ ਥੋੜਾ ਆ ਇਹ ਤਕੜਾ। ਤੇ ਫਿਰ ਉਹਨੂੰ ਪੁੱਟ ਕਟਾਪੇ ਵੇਲੇ ਫਿਰ ਇਹ ਮੂਰੇ ਹੁੰਦਾ? ਮਤਲਬ ਇਹ ਵੀ ਦੋਨੇ ਹੁੰਦੇ ਆ।
ਦੱਸੋ ਤਾਂ ਸੀ ਗੱਲ ਦੱਸੋ ਮੈਨੂੰ ਮੜੀ ਕੋਈ ਕੁੱਟਿਆ ਕੱਟਿਆ ਕੁਛ ਜਾਂ ਕੁਛ ਹੋਰ ਕਰਿਆ ਸ਼ਰਾਰਤਾਂ ਤੁਸੀਂ ਕੀ ਕਰਦੇ ਮਤਲਬ ਪਹਿਲਾਂ ਕੁੱਟਦੇ ਸੀ ਹੁਣ ਥੋੜੇ ਮਤਲਬ ਹਾਂ ਛੱਡਦੇ ਸੀ ਉਹ ਤਾਂ ਮੈਨੂੰ ਪਤਾ ਲੱਗ ਗਿਆ ਤੁਸੀਂ ਬਦਮਾਸ਼ੀ ਛੱਡੀ ਹੋਈ ਆ ਹੁਣ ਦੁਬਾਰਾ ਅਤੇ ਅੱਛਾ ਜਦੋਂ ਫਿਰ ਤੁਸੀਂ ਹੁਣ ਤੁਹਾਡੀ ਦੋਸਤੀ ਪੂਰੀ ਪੱਕੀ ਹੈ ਹੋਰ ਕੋਈ ਦੋਸਤ ਨਹੀਂ ਤੁਸੀਂ ਦੋਨੋਂ ਹਨਾ ਆਪਸ ਵਿੱਚ ਅਤੇ ਜਦੋਂ ਤੁਸੀਂ ਵੱਡੇ ਹੋ ਗਏ ਫਿਰ ਤੁਹਾਡੀਆਂ ਕੀ ਪਲੈਨਿੰਗਾਂ ਨੇ ਫਿਰ ਅਸੀਂ ਮਤਲਬ ਅਸੀਂ ਆਹ ਸੋਚਿਆ ਵੀ ਇੱਕੋ ਘਰ ਚ ਰਹਾਂਗੇ ਨਾਲੇ ਇੱਕੋ ਘਰ ਬਣਾਵਾਂਗੇ ਅੱਛਾ ਕੀ ਮਤਲਬ ਨਾਲ ਨਾਲ ਰਹੀਏ ਇਕੱਠੇ ਰਹੋਗੇ ਤੇ ਜੇ ਤੁਹਾਡੀਆਂ ਗਰਲਫ੍ਰੈਂਡਾਂ ਨੇ ਕਿਹਾ ਵੀ ਨਹੀਂ ਰਹਿਣਾ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਬਣਾਉਣੀਆਂ ਹੀ ਅਸੀਂ ਬਣਾਉਣੀਆਂ ਹੀ ਤੇ ਵਾਈਫ ਸੋਹਣੀ ਹੈ ਤੁਹਾਡੀ ਮੈਂ ਤਾਂ ਵਿਆਹ ਨਹੀਂ ਕਰਦਾ ਵਿਆਹ ਹੀ ਨਹੀਂ ਕਰਾ ਰਹੇ ਕਿਉਂ ਮਨ ਨਹੀਂ ਕੋਈ ਵਜ੍ਹਾ ਤਾਂ ਹੋਊ ਖਰਚਾ ਬਹੁਤ ਕਰਾਉਂਦੀਆਂ ਬਹੁਤ ਕਰਾਉਂਦੀਆਂ ਕੌਣ ਕੁੜੀਆਂ ਵਾਈਫ ਵਾਈਫ ਤੁਹਾਨੂੰ ਕੀ ਪਤਾ ਮੰਮਾ ਤੋਂ ਪਤਾ ਲੱਗਿਆ ਅੱਛਾ ਮੰਮਾ ਬਹੁਤ ਖਰਚਾ ਕਰਾਉਂਦੀ ਪਾਪਾ ਦਾ ਤਾਂ ਰੋਜ਼ ਕਹਿੰਦੇ ਰਹਿੰਦੇ ਮੈਨੂੰ ਆ ਲਿਆ ਕੇ ਦੋ ਮੈਨੂੰ ਠੀਕ ਹੈ ਜੇ ਕੁਛ ਜੇ ਲਿਆਵੇ ਦਿੰਦੇ ਜੇ ਪਸੰਦ ਨਹੀਂ ਆਇਆ ਫਿਰ ਚੇਂਜ ਕਰਾਓ ਕਿਉਂ ਪਤਾ ਨਹੀਂ ਪਸੰਦ ਹੀ ਨਹੀਂ ਆਉਂਦਾ ਅੱਛਾ ਚੇਤੀ ਪਸੰਦ ਨਹੀਂ ਆਉਂਦਾ ਟਾਈਮ ਵੇਸਟ ਪਾਪਾ ਫਿਰ ਨਾਲ ਪਾਪਾ ਨਾਲ ਕਾਹਦੇ ਨਹੀਂ ਲੈ ਜਾਂਦੇ ਮੰਮਾ ਨੂੰ ਤੂੰ ਆਪਣੇ ਆਪ ਲੈ ਲੈ ਯਾਰ ਤੇ ਚਲਾਉਣੀ ਨਹੀਂ ਆਉਂਦੀ ਮੰਮਾ ਨੂੰ ਸਕੂਟੀ ਵਗੈਰਾ ਨਹੀਂ ਨਾਲ ਲੈ ਜਾਣ ਨਾਲ ਤਾਂ ਲੈ ਕੇ ਜਾਂਦੇ ਨਾਲ ਤਾਂ ਲੈ ਕੇ ਜਾਂਦੇ ਫਿਰ ਵੀ ਪਸੰਦ ਨਹੀਂ ਆਉਂਦਾ ਹਨਾ ਮੰਮਾ ਨਾ ਕਰੇ ਕਰਦੀ ਕਦੇ ਕਦੇ ਕਹਿ ਦਿੰਦੇ ਆ ਚੀਜ਼ ਮਹਿੰਗੀਆਂ ਨਹੀਂ ਲੈਣੀ ਅੱਛਾ ਕੋਈ ਐ ਹੁੰਦਾ ਨਾ ਇੱਕ ਸਬਜੈਕਟ ਤੁਹਾਡਾ ਫੇਵਰਿਟ ਹੁੰਦਾ ਯਾਰ ਇਹ ਮੇਰਾ ਮੈਥਸ ਤੇ ਪੰਜਾਬੀ ਮੇਰਾ ਪੰਜਾਬੀ ਨਾਲੇ ਮੈਥਸ ਮੇਰਾ ਵੀ ਆਹੀ ਹੈ ਮੇਰਾ ਮੈਥਸ ਤੇ ਪੰਜਾਬੀ ਮੈਥਸ ਈਜ਼ੀ ਹੁੰਦਾ ਨਾਲੇ ਪੰਜਾਬੀ ਵੀ ਅੱਛਾ ਬਾਕੀ ਹਿੰਦੀ ਇੰਗਲਿਸ਼ ਉਹ ਮਤਲਬ ਅੱਛੀ ਲੱਗਦੀ ਹੈ ਲੇਕਿਨ ਇੰਨੀ ਪਸੰਦ ਨਹੀਂ ਗਈ ਲਿਖਣੀ ਅੱਛੀ ਲੱਗਦੀ ਹੈ ਬਸ ਹਿੰਦੀ ਇੰਗਲਿਸ਼ ਹਿੰਦੀ ਮਤਲਬ ਇੰਨੀ ਵਧੀਆ ਨਹੀਂ ਲੱਗਦੀ ਲਿਖਣੀ ਰਾਈਟਿੰਗ ਰੂਟਿੰਗ ਵਧੀਆ ਤਾਂ ਲੱਗਦੀ ਹੈ ਕਿਉਂ ਮਤਲਬ ਉਹ ਹਿੰਦੀ 'ਚ ਨਾ ਮਤਲਬ ਮਾਤਰਾ ਵਗੈਰਾ ਇੰਨੀ ਸਮਝ ਨਹੀਂ ਆਉਂਦੀ ਅੱਛਾ ਪੰਜਾਬੀ ਨਹੀਂ ਸਾਰੀ ਹੁੰਦੀ ਗਾਣਾ ਕਿਹੜਾ ਹੁੰਦਾ ਤੁਹਾਨੂੰ 295 ਸਿੱਧੂ ਮੂਸੇ ਵਾਲਾ ਹਾਂਜੀ ਕੌਣ ਸੁਣਾਊ ਦੋਨੇ ਹੀ ਸੁਣਾਓ ਚਲਾਓ ਦਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਪਰ ਹੱਸਦਾ ਸੀ ਮੋੜ ਕਾਸ ਤੋਂ ਜਿਹੜੇ ਤੇਰੇ ਦਰਵਾਜ਼ੇ ਉੱਤੇ ਬੋਰ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਛ ਕਣੇ ਆਏ ਇੱਥੇ ਭੁੱਖੇ ਖੇਮਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਹੈ ਦਾ ਬਿਨਾ ਤੋਂ ਦੁਨੀਆ ਸਵਾਦ ਲੈਂਦੀ ਹੈ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿਤ ਕੰਟਰੋਵਰਸੀ ਕ ਰੇਟ ਮਿਲੂਗੀ ਧਰਮਾਂ ਦੇ ਨਾਲ ਰੇਟ ਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ ਵੈਰੀ ਗੁੱਡ ਬਹੁਤ ਸੋਹਣਾ ਗਾਇਆ ਯਾਰ ਤੁਸੀਂ ਤਾਂ ਸਿੰਗਰ ਬਣਨਾ ਵੱਡੇ ਹੋ ਕੇ ਕੀ ਬਣੋਗੇ ਮੈਂ ਕ੍ਰਿਕਟਰ ਬਣਨਾ ਮੈਂ ਐਥਲੀਟ ਸਪੋਰਟਸ ਦੇ ਵਿੱਚ ਹੈ ਗੁੱਡ ਹੋਰ ਕੀ ਪਲੈਨਿੰਗਾਂ ਨੇ ਤੁਹਾਡੀਆਂ ਫਿਊਚਰ ਦੀਆਂ ਗੱਲਾਂ ਕੀ ਕਰਦੇ ਹੋ ਬਹਿ ਕੇ ਅਸੀਂ ਬਸ ਮੈਂ ਕਦੇ ਮੈਂ ਤਾਂ ਕ੍ਰਿਕਟ ਦੀ ਜ਼ਿਆਦਾਤਰ ਕਰਦਾ ਵੀਡੀਓਜ਼ ਵੀ ਕ੍ਰਿਕਟ ਅਤੇ ਮਤਲਬ ਅਸੀਂ ਨਾ ਮਤਲਬ ਜਿਹੜੇ ਮਤਲਬ ਐਵੇਂ ਮਤਲਬ ਅਵਾਰਾ ਘੁੰਮਦੇ ਰਹਿੰਦੇ ਆ ਡੋਗਸ ਮਤਲਬ ਕੁਛ ਵੀ ਖਾਂਦੇ ਰਹਿੰਦੇ ਆ ਵੀ ਮਤਲਬ ਹੁਣ ਕਈਆਂ ਦੀ ਡੈਥ ਹੋ ਜਾਂਦੀ ਹੈ ਗੱਡੀ ਨੀਚੇ ਆ ਜਾਂਦੇ ਆ ਹਨਾ ਮਤਲਬ ਅਸੀਂ ਮਤਲਬ ਇੱਕ ਘਰ ਜਿਹਾ ਬਣਾਵਾਂਗੇ ਹਨਾ ਉਹਦੇ ਵਿੱਚ ਮਤਲਬ ਨਿੱਕੇ ਨਿੱਕੇ ਘਰ ਉਹਦੇ ਵਿੱਚ ਮਤਲਬ ਮਤਲਬ ਖਾਣਾ ਵਗੈਰਾ ਅਸੀਂ ਰੱਖਦਿਆ ਕਰਾਂਗੇ ਤਾਂ ਮਤਲਬ ਜਿਹੜੇ ਜਿਹੜੇ ਜਿੰਨਾ ਹੋ ਸਕਦਾ ਮਤਲਬ ਡੋਗ ਮਿਲ ਜਾਂਦੇ ਆ ਮਤਲਬ ਅਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਰੱਖਿਆ ਕਰਾਂਗੇ ਤੁਹਾਡੀ ਯਾਰ ਬਰਥਡੇ ਦੀ ਵੀ ਇੱਕ ਗੱਲ ਹੈ ਹਨਾ ਕੋਈ ਬਰਥਡੇ 'ਚ ਕੀ ਹੋਇਆ ਸੀ
ਕਿ ਮਤਲਬ ਨਾ ਸਭ ਤੋਂ ਪਹਿਲਾਂ ਪਾਪਾ ਨਾ ਮੇਰੇ ਵਾਸਤੇ ਮਤਲਬ ਮੰਮਾ ਅਤੇ ਪਾਪਾ ਕੱਪੜੇ ਲੈ ਕੇ ਆਏ ਸੀ ਹੈ ਨਾ, ਬਲੈਕ ਜੋਗਰ ਹੈ ਨਾ ਆਲੀ, ਅਤੇ ਮਤਲਬ ਦੂਜੀ ਪੈਰਟ ਕਲਰ ਵਾਲੀ ਟੀ ਸ਼ਰਟ ਹੈ ਨਾ, ਮਤਲਬ ਐਨੇ ਹੋਰ ਫੋਰਮਲ ਪੈਂਟ ਪਾਈ ਸੀ ਹੈ ਨਾ, ਇਹ ਕਹਿੰਦਾ ਮੈਂ ਤਾਂ ਮੈਚਿੰਗ ਕਰਕੇ ਪਾਊਂਗਾ ਹੈ ਨਾ, ਇਹਦੀ ਮਤਲਬ ਜਿਹੜੀ ਜੋਗਰ ਸੀ ਨਾ ਮੇਰੀ ਅਰਗੀ ਸੀ ਹੈ ਨਾ, ਇਹਨੇ ਜੋਗਰ ਨੇ ਧੋਤੀ ਪਈ ਸੀ, ਇਹਨੇ ਗਿੱਲੀ ਪਾ ਲਈ। ਅੱਛਾ, ਮਤਲਬ ਇੱਕੋ ਜਿਹੀ ਪਾਉਣੀ ਹੈ ਤੇ ਨਾਲੇ ਟੀ ਸ਼ਰਟ ਵੀ ਮੈਂ ਵਾਸ਼ਿੰਗ ਮਸ਼ੀਨ ਤੇ ਜਿਹੜੀ ਪਈ ਸੀ ਉਹੀ ਪਾਈ, ਵੀ ਅਸੀਂ ਦੋਨੋਂ ਮੈਚਿੰਗ ਕਰਕੇ ਜਾਵਾਂਗੇ ਬਰਥਡੇ ਤੇ, ਵੀ ਬਰਥਡੇ ਤੇ ਦੋਨੋਂ ਸੇਮ ਸੇਮ ਦਿਖੀਏ, ਵੀ ਐਵੇਂ ਲੱਗੇ ਵੀ ਅਸੀਂ ਦੋਨੋਂ ਭਰਾ। ਸਹੀ ਹੈ, ਤੁਸੀਂ ਪੁਰਾਣੇ ਕੱਪੜੇ ਵੀ ਪਾ ਕੇ ਗਏ ਸੀ ਕਿਤੇ ਹੈ ਨਾ, ਮਾਲ 'ਚ ਗਏ ਸੀ, ਮਾਲ 'ਚ ਗਏ ਸੀ, ਉਦੋਂ ਮੇਰੇ ਨਵੇਂ ਕੱਪੜੇ ਲੈਣੇ ਸੀ ਨਾ, ਉਦੋਂ ਆ ਵੀ ਨਾਲ ਆ ਗਿਆ, ਨਾਲੇ ਅਸੀਂ ਆਈਸ ਕ੍ਰੀਮ ਖਾਈ ਉੱਥੇ ਜਾ ਵਾਪਿਸ ਆਉਂਦੇ ਹੋਏ। ਪੁਰਾਣੇ ਕਿਉਂ ਪਾਏ ਸੀ? ਪੁਰਾਣੇ ਮਤਲਬ ਅਸੀਂ ਮਤਲਬ ਅਸੀਂ ਉੱਥੇ ਜ਼ਿਆਦਾ ਕੁਛ ਕਰਨ ਨਹੀਂ ਗਏ ਸੀ, ਮਤਲਬ ਸਿਰਫ ਕੱਪੜੇ ਚੇਂਜ ਕਰਾਉਣ ਗਏ ਸੀ। ਗਰਾਊਂਡ ਦੀ ਗੱਲ ਸੁਣਾਓ ਮੈਨੂੰ ਤੁਸੀਂ, ਤੁਸੀਂ ਉੱਥੇ ਮੈਨੂੰ ਲੱਗਦਾ ਵੀ ਚੀਟਿੰਗ ਚੂਟਿੰਗ ਕਰਦੇ ਹੋ ਗੇਮ 'ਚ ਜਾ ਕੇ ਵੀ ਕਰਦੇ ਹੋ ਕੁਛ ਹੈ ਨਾ, ਹੈ ਨਾ ਨਾਲ ਨਾਲ ਰਹਿੰਦੇ ਹਾਂ ਭੱਜਦੇ ਹੋਏ। ਅੱਛਾ, ਉਹ ਚੀਟ ਕਰਦੇ ਸੀ ਤੇ ਉੱਥੇ ਕੋਚ ਸਰ ਨਹੀਂ ਕਹਿੰਦੇ ਕੁਛ? ਨਹੀਂ ਨਾ, ਸਾਡੇ ਕਦੇ ਕਦਾਰ ਹੀ ਕਹਿੰਦੇ ਆ। ਕੀ ਕਹਿੰਦੇ ਹੁੰਦੇ ਨੇ? ਕਿ ਮਤਲਬ ਤੁਸੀਂ ਮੈਂ ਦੂਜੇ ਬੰਦੇ ਨੂੰ ਵੇਖੋ, ਮਤਲਬ ਆਪਦੇ ਪੰਜ ਆਪਣੀ ਪ੍ਰੈਕਟਿਸ ਤੇ ਧਿਆਨ ਦਿਓ ਤੁਸੀਂ। ਤੇ ਤੁਸੀਂ ਕੀ ਕਰਦੇ ਹੋ ਫਿਰ? ਅਸੀਂ ਸਰ ਗੱਲ ਹੀ ਨਹੀਂ ਹੁੰਦੇ, ਅਸੀਂ ਤਾਂ ਮਤਲਬ ਅਸੀਂ ਫੇਰ ਵੀ ਨਾਲ ਹੀ ਭੱਜਦੇ ਹਾਂ, ਇਕੱਠੇ ਭੱਜਦੇ ਹਾਂ, ਇੱਕ ਇੱਕ ਉਹਦੇ ਪੋਜੀਸ਼ਨ ਦੇ ਆਉਣਾ। ਹਾਂਜੀ, ਤੈਨੂੰ ਕੁਝ ਯਾਦ ਆਉਂਦਾ ਉਹਨੂੰ ਦੇਖ ਕੇ? ਕੀ ਵੀ ਇਹ ਮੇਰਾ ਬਹੁਤ ਪੁਰਾਣਾ ਦੋਸਤ ਹੈ, ਅਜੇ 3 ਸਾਲ ਨਹੀਂ 10 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ, ਨਹੀਂ ਲੱਗਦਾ, ਜਿਵੇਂ ਮੇਰਾ ਛੋਟਾ ਭਰਾ ਹੈ। ਤੁਹਾਡੇ ਬੈਂਡ ਵੀ ਇੱਕੋ ਜਿਹੇ ਪਾਏ ਹੋਏ ਨੇ ਨਾ? ਹਾਂਜੀ। ਇਹ ਕੀ ਚੱਕਰ ਹੈ, ਕਿੱਥੋਂ ਲਿਆਂਦੇ ਸੀ? ਅਸੀਂ ਨਾ ਉਹ ਮਤਲਬ ਸਾਡੇ ਸੰਗਰਾਹ ਹੋਰ ਨਾ, ਅਸੀਂ ਉੱਥੇ ਅਸੀਂ ਮੇਲੇ 'ਚ ਗਏ ਸੀ ਹੈ ਨਾ, ਉੱਥੋਂ ਮੈਂ ਨਾ ਮੈਂ ਪਹਿਲਾਂ ਸੋਚ ਰਹੀ ਸੀ ਇੱਕ ਲੈ ਲਾਂ ਹੈ ਨਾ ਆਪਦੇ ਵਾਸਤੇ, ਬਾਅਦ 'ਚ ਮੈਨੂੰ ਇੱਕਦਮ ਗੱਲ ਯਾਦ ਆਈ ਮੈਂ ਪ੍ਰਥਮ ਵਾਸਤੇ ਲੈ ਲੈਣਾ, ਇੱਕੋ ਜਿਹੇ ਲੱਗਾਂਗੇ, ਇਸ ਲਈ ਮੈਂ ਦੁੱਬ ਲੈ ਲਏ। ਸਾਰੀਆਂ ਚੀਜ਼ਾਂ ਮੈਚ ਕਰਦੇ ਹੋ? ਹਾਂਜੀ। ਜੇ ਮੰਨ ਲਓ ਤੁਹਾਨੂੰ ਅਲੱਗ ਅਲੱਗ ਰਹਿਣਾ ਪੈ ਗਿਆ, ਮੰਨ ਲਓ ਕਿਸੇ ਦੀ ਸਟੱਡੀ ਕਰਕੇ ਦੂਜੇ ਪਾਸੇ ਜਾਣਾ ਹੋ ਗਿਆ, ਜਾਂ ਤੁਹਾਡੀ ਗੇਮ ਕਰਕੇ ਤੈਨੂੰ ਕ੍ਰਿਕਟ ਲਈ ਕਿਤੇ ਜਾਣਾ ਪੈ ਗਿਆ ਕਿਸੇ ਅਕੈਡਮੀ 'ਚ, ਜਾਂ ਇਹਨੂੰ ਉਹਦੇ ਲਈ ਐਥਲੀਟ ਬਣਨ ਦੇ ਲਈ ਕਿਤੇ ਜਾਣਾ ਪੈ ਗਿਆ, ਅਲੱਗ ਅਲੱਗ ਹੋਣਾ ਪੈ ਗਿਆ, ਫਿਰ ਕੀ ਕਰੋਗੇ? ਅਸੀਂ ਅਲੱਗ ਨਹੀਂ ਹੋਵਾਂਗੇ, ਚਾਹੇ ਕੁਛ ਮਰਜ਼ੀ ਕਹਿ ਦਿਓ, ਜੇ ਮਤਲਬ ਅਸੀਂ ਬਾਈ ਚਾਂਸ ਹੋ ਵੀ ਗਏ, ਮਤਲਬ ਅਸੀਂ ਮਹੀਨੇ 'ਚ 1-2 ਵਾਰ ਮਿਲਣ ਤਾਂ ਆਏ ਕਰਾਂਗੇ। ਅਤੇ ਤੁਸੀਂ ਵੱਡੇ ਹੋ ਕੇ ਕੀ ਬਣੋਗੇ, ਮਤਲਬ ਐਥਲੀਟ ਤਾਂ ਤੁਸੀਂ ਬਣੋਗੇ ਚਲੋ ਰਾਈਟ, ਉਹ ਤੋਂ ਬਿਨਾਂ ਵੀ ਕੁਛ ਸੋਚਿਆ ਤੁਸੀਂ? ਹੋਰ ਸੁਣਾਉਣਾ ਮੈਨੂੰ ਕੁਛ, ਗਾਣਾ ਗੁਣਾ ਕੁਛ ਹੋਰ ਰੈਪ ਆਉਂਦਾ? ਹਿੰਦੀ ਰੈਪ ਉੱਚੀ ਉੱਚੀ ਸੁਣਾਓ ਫਿਰ। ਬਾਹਰ ਹੋ ਰਹੀ ਬਾਰਿਸ਼ ਔਰ ਮੈਂ ਕਮਰੇ ਮੇਂ ਅਕੇਲਾ, ਅੰਧੇਰਾ ਬੜਾ ਜ਼ਾਲਿਮ ਮੁਝੇ ਸੋਨੇ ਨਹੀਂ ਦੇ ਰਹਾ, 2 ਘੰਟੇ ਸੇ ਲਿਖਨੇ ਕੀ ਮੈਂ ਕੋਸ਼ਿਸ਼ ਹੀ ਕਰ ਰਹਾ ਹੂੰ, ਆਪਣੇ ਘਰ ਕੇ ਅੰਦਰ ਘਰ ਬਣਾ ਕੇ ਬੈਠਾ ਹੂੰ ਮੈਂ, ਮੇਰਾ ਲਾਜ਼ਿਮ ਨਹੀਂ ਹੈ ਮੁਝ ਪੇ ਕੀ ਮੈਂ ਸੁਣੂੰ, ਸਭ ਕੀ ਬਾਤੇਂ ਲੇਕਰ ਵੀ ਸੁਣ ਲੇਤਾ ਹੂੰ, ਕਿਉਂਕਿ ਥੋੜ੍ਹਾ ਨਰਮ ਦਿਲ ਜੋ ਠਹਿਰਾ, ਜਾਣਾ ਤੇਰੀ ਯਾਦੇ ਮੁਝੇ ਸੋਨੇ ਨਹੀਂ ਦੇਤੀ, ਲੇਟੇ ਲੇਟੇ ਇਸ ਬਿਸਤਰ ਪੇ ਕਬ ਹੋ ਜਾਤਾ ਹੈ, ਸਵੇਰਾ ਮੁਝੇ ਨਹੀਂ ਪਤਾ ਹੈ, ਉਸੇ ਮਤ ਪੁੱਛੋ ਨਾ। ਬਹੁਤ ਵਧੀਆ, ਇਹ ਕਿੱਥੋਂ ਸਿੱਖਿਆ ਤੁਸੀਂ? ਦੋਨਾਂ ਦੇ ਮੇਰਾ ਸਿੱਧੂ ਮੂਸੇਵਾਲਾ ਨਾਲ ਇੱਕ ਉਹ ਹੈ, ਕੀ ਕਹਿੰਦੇ
ਜਿਹਨੂੰ ਕਿੰਗ ਸ਼ੇਟ ਨਹੀਂ ਗਾਣਾ ਗਾਇਆ। ਸ਼ੁਭ ਸ਼ੁਭ ਠੀਕ ਹੈ। ਅਤੇ ਐਕਟਰ ਐਕਟਰ ਟਾਈਗਰ ਸ਼ਰਾਫ ਟਾਈਗਰ ਸ਼ਰਾਫ ਥੋੜ੍ਹਾ ਥੋੜ੍ਹਾ। ਅਤੇ ਹੀਰੋਇਨ ਹੀਰੋਇਨ ਨਹੀਂ, ਅਸੀਂ ਹੀਰੋਇਨ ਦੀ ਕੋਈ ਮੂਵੀ ਨਹੀਂ ਦੇਖਦੇ। ਤੇ ਮੂਵੀ 'ਚ ਤਾਂ ਹੁੰਦੀਆਂ ਨਹੀਂ ਹੀਰੋਇਨ? ਹਾਂ ਹੁੰਦੀਆਂ, ਪਰ ਅਸੀਂ ਮਤਲਬ ਹੁੰਦੀਆਂ ਨੇ, ਪਰ ਅਸੀਂ ਉਹ ਵਾਲੇ ਸੀਨ ਹੀ ਕੱਟ ਦਿੰਦੇ ਹਾਂ ਬਸ। ਕਿਉਂ ਪਤਾ ਨਹੀਂ ਪਸੰਦ ਨਹੀਂ, ਪਸੰਦ ਨਹੀਂ ਕਿ ਸੰਗ ਜਾਂਦੇ ਹੋ? ਪਸੰਦ ਨਹੀਂ ਪਸੰਦ ਨਹੀਂ। ਤੁਹਾਡੇ ਹੋਰ ਤੁਹਾਡੇ ਨਾਲ ਪੜ੍ਹਦੇ ਨੇ ਜਿਹੜੇ ਬੱਚੇ ਜਾਂ ਉੱਥੇ ਗਰਾਊਂਡ 'ਚ ਖੇਡਦੇ ਨੇ, ਉਹਨਾਂ ਨਾਲ ਕੀ ਗੱਲਾਂ ਬਾਤਾਂ ਹੁੰਦੀਆਂ? ਉਹਨਾਂ ਨਾਲ ਬਸ ਭੱਜਣ ਦੀ ਗੱਲਾਂ ਬਾਤਾਂ ਕਰਦੇ ਹਾਂ, ਫਿਰ ਕਦੇ ਕਦਾਰ ਅਸੀਂ ਪ੍ਰੈਕਟਿਸ ਛੁਟਵਾਉਣ ਦੀ ਗੱਲ ਕਰਦੇ ਰਹਿੰਦੇ ਹਾਂ। ਉਹ ਕਿਵੇਂ? ਕਦੇ ਕਦੇ ਕਦਾਰ ਵੀ ਕੱਲ ਨੂੰ ਛੁੱਟੀ ਕਰ ਲਾਂਗੇ ਆਪਾਂ ਸਾਰੇ, ਵੀ ਇੱਕ ਨਹੀਂ ਫਸੂਗਾ, ਸਾਰੇ ਫਸਾਂਗੇ। ਠੀਕ ਹੈ। ਕਦੇ ਕਦਾਰ ਮਤਲਬ ਸਾਡੀ ਲੜਾਈ ਵੀ ਹੋ ਜਾਂਦੀ ਹੈ ਮਤਲਬ ਗਰਾਊਂਡ ਦੇ ਮਤਲਬ ਤਾਂ ਸਾਡੇ ਦੋਸਤਾਂ ਨਾਲ। ਗਰਾਊਂਡ ਦੇ ਵਿੱਚ ਹੋਰ ਵੀ ਬੱਚੇ ਨੇ ਨਾ, ਉਹਨਾਂ ਨਾਲ ਲੜਾਈ ਹੋ ਜਾਂਦੀ ਹੈ ਕਿਉਂਕਿ ਉਹ ਬੇਫਾਲਤੂ ਪੰਗੇ ਲੈਂਦੇ ਰਹਿੰਦੇ। ਇੱਕ ਨਾ ਮਤਲਬ ਉਹ ਮੁੰਡਾ ਹੈ ਨਾ, ਮਤਲਬ ਸਾਨੂੰ ਰੋਜ਼ ਕਾਇੰਡ ਆਫ ਰੋਜ਼ ਹੀ ਤੰਗ ਕਰਦਾ ਸਾਨੂੰ ਹੈ ਨਾ। ਇੱਕ ਵਾਰ ਸਾਡਾ ਇੱਕ ਦੋਸਤ ਹੋਰ ਆ ਗਰਾਊਂਡ 'ਚ, ਅੰਸ਼ ਮਤਲਬ ਉਹਦਾ ਰੀਅਲ ਨੇ ਭੁਵਨ ਸ਼ਾਹ ਹੈ ਨਾ, ਉਹਨੇ ਨਾ ਮਤਲਬ ਮਤਲਬ ਸਾਨੂੰ ਰੋਜ਼ ਮਤਲਬ ਗਾਲਾਂ ਵੀ ਥੋੜ੍ਹੀ ਬਹੁਤ ਕੱਢਦਾ ਅਤੇ ਰੋਜ਼ ਮਤਲਬ ਤੰਗ ਵੀ ਕੱਢਦਾ। ਅਸੀਂ ਕਹਿੰਦੇ ਹਾਂ ਚਲੋ ਚਲੋ ਛੱਡਾ ਜਵਾਕ ਹੀ ਜਾਂ ਸਾਡੇ ਵਾਂਗੂ ਹੀ ਆ, ਛੱਡੋ ਨਹੀਂ ਕੁੱਟਦੇ ਹੈ ਨਾ, ਮਤਲਬ ਸਾਨੂੰ ਰੋਜ਼ ਹੀ ਤੰਗ ਕਰਦਾ ਰਹਿੰਦਾ। ਫਿਰ ਇੱਕਦਮ ਨਾ ਫਿਰ ਉਹ ਭੁਵਨ ਸ਼ਾਹ ਉਹਦੇ ਕੋਲ ਗਿਆ, ਉਹਦੇ ਮਤਲਬ ਢੂਈ 'ਚ ਮੁੱਕਾ ਮਾਰਿਆ, ਰੋਣ ਲੱਗ ਗਿਆ। ਅੱਛਾ, ਤੁਸੀਂ ਕੁੱਟਿਆ? ਫਿਰ ਉਹ ਸਰ ਸਰ ਕਹਿ ਕੇ ਬੋਲਣ ਲੱਗ ਗਿਆ, ਸਰ ਨੇ ਸਾਨੂੰ ਮਾੜਕ 'ਚ ਡਾਂਟਿਆ। ਸਰ ਕਹਿੰਦੇ ਉਹ ਨਾ ਦਿਮਾਗ ਤੋਂ ਮਾੜਕ 'ਚ ਅਪਸੈਂਟ ਹੈ, ਅਪਸੈਟ ਹੈ। ਇੱਕ ਮੈਨੂੰ ਤੁਹਾਡੀ ਹੋਰ ਗੱਲ ਪਤਾ ਲੱਗੀ ਹੈ, ਜਦੋਂ ਤੁਸੀਂ ਆਪ ਇਕੱਠੇ ਹੋ ਜਾਂਦੇ ਹੋ ਹੈ ਨਾ, ਫਨ ਕਰਦੇ ਹੋ, ਪਾਰਟੀਆਂ ਪੁਰਟੀਆਂ ਕਰਦੇ ਹੋ ਦੋਨੇ ਜਾਣੇ, ਅਤੇ ਤੁਸੀਂ ਕੁੜੀਆਂ ਨੂੰ ਨਹੀਂ ਬਚਾਉਣ ਦਿੰਦੇ ਹੈ ਨਾ ਆਪਣੀ ਸਿਸਟਰਸ ਨੂੰ? ਕਿਉਂ? ਕੁੜੀਆਂ ਨਾਲ ਮਜ਼ਾ ਹੀ ਨਹੀਂ ਆਉਂਦਾ ਖੇਡਣ ਦਾ। ਕਿਉਂ? ਉਹ ਕੀ ਕਹਿੰਦੀਆਂ? ਉਹ ਤੰਗ ਕਰਦੀਆਂ ਨੇ। ਫਿਰ ਕਿਵੇਂ? ਤੰਗ ਵੀ ਕਰਦੇ ਮਤਲਬ ਜਿਹੜਾ ਕੁਝ ਅਸੀਂ ਖੇਡਦਾ ਉਹਨੂੰ ਚੰਗੀ ਤਰ੍ਹਾਂ ਖੇਡਣਾ ਹੀ ਨਹੀਂ ਆਉਂਦਾ। ਇਹੋ ਜਿਹਾ ਕੀ ਖੇਡਦੇ? ਮਤਲਬ ਜੇ ਕ੍ਰਿਕਟ ਖੇਡਦੇ ਆ ਨਾ, ਨਾ ਉਹਨੂੰ ਚੰਗੀ ਤਰ੍ਹਾਂ ਬੈਟਿੰਗ ਕਰਨੀ ਹੁੰਦੀ ਹੈ ਨਾ ਬੋਲਿੰਗ ਕਰਨੀ ਹੁੰਦੀ ਆ। ਅੱਛਾ, ਤੇ ਫਿਰ ਕੀ ਕਹਿੰਦੇ ਹੋ ਜਾਓ? ਮਤਲਬ ਜ਼ਿਆਦਾ ਅੱਛਾ ਤਾਂ ਬੈਡਮਿੰਟਨ ਹੀ ਖੇਡਦੇ ਆ। ਅੱਛਾ, ਉਹ ਤੁਸੀਂ ਖੇਡਦੇ ਹੋ, ਤੁਸੀਂ ਨਹੀਂ ਖੇਡਦੇ? ਉਹ ਸਾਨੂੰ ਨਹੀਂ ਪਸੰਦ, ਸਾਨੂੰ ਆਉਂਦਾ ਹੈ, ਸਾਨੂੰ ਆਉਂਦਾ ਹੈ ਪਰ ਸਾਨੂੰ ਪਸੰਦ ਨਹੀਂ। ਓਕੇ, ਉਹ ਤੁਹਾਡੇ ਤੋਂ ਵੱਡੀਆਂ ਦੀਦੀਆਂ? ਹਾਂਜੀ। ਠੀਕ ਹੈ, ਉਹ ਫਿਰ ਤੁਹਾਨੂੰ ਕੁੱਟਦੀਆਂ ਤਾਂ ਹੋਣਗੀਆਂ ਪੱਕਾ? ਹਾਂ ਕੁੱਟਦੀਆਂ। ਕਿਵੇਂ, ਕੀ ਗੱਲ ਹੋ ਜਾਂਦੀ? ਮੇਰੀ ਵਾਲੀ ਕੁੱਟਦੀ ਉਹ 5 ਸਾਲ ਵੱਡੀ ਹੈ ਮੇਰੇ ਤੋਂ। ਅੱਛਾ, 14 ਸਾਲ ਦੀ ਹੈ। ਓਕੇ, ਮੇਰੀ ਭੈਣ ਮੇਰੇ ਤੋਂ 2 ਸਾਲ ਵੱਡੀ ਹੈ, ਪਰ ਮਤਲਬ ਕਦੇ ਕਦਾਰ ਮੈਂ ਲੜਾਈ 'ਚ ਉਹਨੂੰ ਕੁੱਟ ਦਿੰਦਾ। ਤੂੰ ਤਕੜਾ ਤੋਂ? ਨਹੀਂ ਮਤਲਬ ਆਪਦੀ ਭੈਣ ਤੋਂ ਤਕੜਾ ਮੈਂ। ਹਾਂ ਉਹ ਤੋਂ ਹੀ। ਹਾਂਜੀ। ਫਿਰ ਮੰਮਾ ਪਾਪਾ ਤੋਂ ਕੁੱਟਦਾ ਤੇਰੇ ਪੈਂਦੀ ਹੂ? ਜਦੋਂ ਉਹ ਮੈਨੂੰ ਕੁੱਟਦੀ ਆ ਉਦੋਂ ਉਹਨੂੰ ਡਾਂਟਣੀ ਪੈਂਦੀ, ਜੇ ਮੈਂ ਉਹਨੂੰ ਕੁੱਟਦਾ ਉਦੋਂ ਮੈਨੂੰ ਪੈਂਦੀ। ਵੀ ਜਦ ਤੁਸੀਂ ਸਕੂਲ ਜਾਂਦੇ ਸੀ ਉਦੋਂ ਤੁਸੀਂ ਉਹ ਕਿੰਨੀ ਸ਼ਰਾਰਤੀਆਂ ਕਰਦੇ ਸੀ? ਬਹੁਤ ਸ਼ਰਾਰਤਾਂ ਕਰਦੇ ਸੀ, ਨਾਲੇ ਗਾਲਾਂ ਕਿੰਨੀਆਂ ਪੈਂਦੀਆਂ ਸੀ। ਕੁੱਟ ਪੈਂਦੀ ਸਾਡੇ ਸਕੂਲ ਦੇ ਵਿੱਚ ਪੈਂਦੀ ਹੁੰਦੀ ਟੀਚਰਾਂ ਤੋਂ। ਤੁਹਾਡੇ ਤਾਂ ਸਕੂਲ 'ਚ ਕਹਿੰਦੇ ਨਹੀਂ ਨਾ ਕੁਛ? ਨਹੀਂ, ਸਾਨੂੰ ਤਾਂ ਮੁਰਗਾ ਬਣਾ ਕੇ ਕੁੱਟ ਦਿੰਦੇ ਸੀ, ਨਾਲੇ ਕੰਮ ਕੰਪਲੀਟ ਹੁੰਦਾ ਸੀ ਫਿਰ। ਨਹੀਂ ਘੱਟ ਜਦੋਂ ਨਹੀਂ ਹੁੰਦਾ ਸੀ ਉਦੋਂ ਸਾਨੂੰ ਫਿਰ ਕਹਿੰਦੇ ਹੁੰਦੇ ਬਈ ਆ ਜਾਓ ਥੋੜੀ ਸੇਵਾ ਕਰੀਏ। ਸੇਵਾ ਪਤਾ ਕੀ ਹੁੰਦੀ ਆ? ਉਹ ਵਾਲੀ ਸੇਵਾ ਹੁੰਦੀ ਹੁੰਦੀ। ਤੁਹਾਡੇ ਤਾਂ ਮੌਜਾਂ ਨੇ ਨਾ ਤੁਹਾਡੇ ਸਕੂਲਾਂ 'ਚ ਤਾਂ? ਅਤੇ ਮਤਲਬ ਜੇ ਸਾਡਾ ਕਦੇ ਕਦਾਰ ਮਤਲਬ ਹੋਮਵਰਕ ਵਗੈਰਾ ਕੰਪਲੀਟ ਨਹੀਂ ਹੁੰਦਾ ਨਾ, ਤਾਂ ਮਤਲਬ ਕਦੇ ਕਦਾਰ ਕੋਈ ਨੋਟਬੁੱਕ ਨਹੀਂ ਹੁੰਦੀ, ਫਿਰ ਮਤਲਬ ਡਾਇਰੀ 'ਤੇ ਨੋਟ ਜਾਂਦਾ ਕੁੱਟਦੇ ਨਹੀਂ। ਅੱਛਾ, ਫਿਰ ਤੁਸੀਂ ਡਰਦੇ? ਫਿਰ ਤਾਂ ਤੁਸੀਂ ਡਰਦੇ ਹੀ ਨਹੀਂ ਹੋਣੇ ਨਾ? ਨਹੀਂ ਯਾਰ, ਥੋੜਾ ਡਰ ਲੱਗਦਾ। ਹਾਂ ਥੋੜਾ ਬਹੁਤ ਲੱਗਦਾ, ਮੇਰੇ ਮੰਮਾ ਪਾਪਾ ਨੂੰ ਨਾ ਦੱਸਦੇ।
ਹਾਂ, ਇਹ ਨੋਟ ਤਾਂ ਕਰੀ ਜਾਂਦਾ ਹੈ। ਹਾਂਜੀ। ਤੇ ਘਰੋਂ ਤਾਂ ਫਿਰ ਮਾਨਤਾਨ ਹੁੰਦਾ ਉਹ ਸੇਵਾ ਕਿ ਨਹੀਂ? ਨਹੀਂ ਕਰ ਵੀ ਨਹੀਂ। ਅੱਛਾ, ਸਕੂਲ 'ਚ ਵੀ ਨਹੀਂ ਹੁੰਦੀ, ਘਰੇ ਵੀ ਨਹੀਂ ਹੁੰਦੀ? ਪੈਸਾ ਤੁਹਾਨੂੰ ਕਿਵੇਂ ਲੱਗਦਾ? ਵਧੀਆ ਲੱਗਦਾ? ਮਤਲਬ ਵਧੀਆ ਥੋੜਾ ਬਹੁਤ ਲੱਗਦਾ, ਪਰ ਜ਼ਿਆਦਾ ਤਾਂ ਮਤਲਬ ਤਰੱਕੀ ਜ਼ਿਆਦਾ ਵਧੀਆ ਲੱਗਦੀ ਹੈ। ਤਰੱਕੀ 'ਚ ਕੀ ਹੁੰਦਾ? ਮਤਲਬ ਜੇ ਆਪਾਂ ਤਰੱਕੀ ਨਹੀਂ ਨਾਮ ਵੀ ਉੱਚਾ ਹੁੰਦਾ, ਜੇ ਆਪਾਂ ਤਰੱਕੀ ਨਹੀਂ ਕਰਾਂਗੇ ਫਿਰ ਪੈਸੇ ਨਾਮ ਫਿਰ ਪੈਸੇ ਨਾਮ ਕੀ ਰਹਿ ਜੂ ਆਪਣੇ ਕੋਲ? ਜੇ ਤਰੱਕੀ ਕਰਾਂਗੇ ਫਿਰ ਹੀ ਤਾਂ ਪੈਸਾ ਆਊਗਾ, ਫਿਰ ਹੀ ਪੈਸਾ ਆਊਗਾ। ਜੇ ਨੋਰਮਲੀ ਮਤਲਬ ਪਿਆਰ ਕਰ ਲਏ ਪੈਸੇ ਨਾਲ, ਫਿਰ ਪੈਸਾ ਕਿੱਥੋਂ ਮਿਲੂਗਾ ਜੇ ਜੋਬ ਹੀ ਨਾ ਕਰੀਏ ਕੋਈ? ਤਰੱਕੀ ਕਰਨੀ ਜ਼ਰੂਰੀ ਹੈ। ਹਾਂਜੀ। ਪੰਜਾਬ ਨੂੰ ਪਿਆਰ ਕਰਦੇ ਹੋ? ਹਾਂਜੀ। ਕਿੰਨਾ ਕੁ? ਬਹੁਤ ਜ਼ਿਆਦਾ। ਕਿਉਂ? ਕਿਉਂਕਿ ਅਸੀਂ ਪੰਜਾਬੀ ਹਾਂ। ਓਕੇ, ਹੋਰ ਕੀ ਹੈ ਪੰਜਾਬ 'ਚ ਖਾਸ? ਪੰਜਾਬ 'ਚ ਖਾਸ ਕਿ ਮਤਲਬ ਸਾਡੇ ਵਾਸਤੇ ਇੰਨਾ ਹੀ ਬਹੁਤ ਹੈ ਕਿ ਰੱਬ ਨੇ ਸਾਡੀ ਮਤਲਬ ਜ਼ਿੰਦਗੀ ਬਣਾਤੀ ਪੰਜਾਬ 'ਚ। ਗੁੱਡ। ਤੁਸੀਂ ਬਾਹਰ ਜਾਣਾ ਪਸੰਦ ਕਰਦੇ ਹੋ? ਫੋਰਨ? ਨਾ ਨਾ, ਮਤਲਬ ਕਰੀ ਸਾਨੂੰ ਜ਼ਿਆਦਾ ਅੱਛਾ ਲੱਗਦਾ। ਨਹੀਂ, ਬਾਹਰ ਮਤਲਬ ਕੈਨੇਡਾ, ਅਮੈਰੀਕਾ ਵੱਡੇ ਹੋ ਕੇ ਜਾਣਾ? ਨਹੀਂ। ਇੱਥੇ? ਹਾਂਜੀ। ਤੁਹਾਨੂੰ ਵਧੀਆ ਲੱਗਦਾ ਇੱਥੇ? ਪਿੰਡ ਪਿੰਡ ਕਿਵੇਂ ਲੱਗਦਾ ਤੁਹਾਨੂੰ? ਬਹੁਤ ਵਧੀਆ। ਪਿੰਡ ਕੀ ਕਰਦੇ ਹੋ ਜਾ ਕੇ? ਪਿੰਡ ਉੱਥੇ ਅਸੀਂ ਕਦੇ ਮਿੱਟੀ ਨਾਲ ਖੇਡ ਲੈਂਦੇ ਹਾਂ। ਮਤਲਬ ਉੱਥੇ ਗਰਮੀ ਹੁੰਦੀ ਹੈ, ਸਾਡੇ ਏਸੀ 'ਚ ਬੈਠੇ ਰਹਿੰਦੇ ਹਾਂ। ਨਹੀਂ, ਜਦੋਂ ਸਰਦੀਆਂ 'ਚ ਜਾਂਦੇ ਹੋ? ਸਰਦੀਆਂ 'ਚ ਫਿਰ ਬਾਰਿਸ਼, ਦਸੰਬਰ ਦੀਆਂ ਛੁੱਟੀਆਂ ਹੁੰਦੀਆਂ ਨੇ ਨਾ, ਉਦੋਂ ਜਾਂਦੇ ਹੁੰਦੇ ਪਿੰਡ? ਹਾਂਜੀ, ਜ਼ਿਆਦਾਤਰ ਮਤਲਬ ਬਾਹਰ ਘੁੰਮਣ ਜਾਂਦੇ, ਪਿੰਡ ਜਾਂਦੇ ਹਾਂ। ਪਿੰਡ 'ਚ ਕੀ ਕੀ ਦੇਖਿਆ ਤੁਸੀਂ? ਪਿੰਡ 'ਚ ਮਤਲਬ ਸਾਰਾ ਕੁਛ ਦੱਸੋ, ਸਾਰਾ ਕੁਛ ਕੀ? ਮੱਝਾਂ, ਨਾਲੇ ਉਹ ਜਿੱਥੇ ਨਹਾਉਂਦੇ ਆ ਨੇ ਟੋਬਾ। ਹਾਂਜੀ, ਠੀਕ ਹੈ। ਟੋਬੇ 'ਤੇ ਜਾਏ ਗਏ ਹੋ ਕਦੇ? ਹਾਂਜੀ। ਮੱਝਾਂ ਲੈ ਕੇ ਗਏ? ਹਾਂਜੀ। ਨਹੀਂ, ਮੇਰੇ ਨਾਨੂ ਦੇ ਨਾਲ ਗਿਆ ਸੀ ਮੈਂ। ਅੱਛਾ, ਅਤੇ ਮੱਝਾਂ ਨੂੰ ਫਿਰ ਕੀ ਪਾਣੀ ਪੂਣੀ ਪਿਆ ਨਵਾਇਆ? ਹਾਂਜੀ, ਮੈਂ ਇੱਕ ਵਾਰ ਮਤਲਬ ਕਿ ਮੱਝ ਨੂੰ ਨਵਾਇਆ ਨਹੀਂ, ਮੈਂ ਉਹਦਾ ਦੁੱਧ ਪੀਤਾ ਹੋਇਆ ਸਾਫ਼ ਸਿੱਧਾ ਤਾਜ਼ਾ। ਹਾਂਜੀ, ਜਦੋਂ ਤਾਰ ਕੱਢਦੇ ਆ? ਹਾਂਜੀ। ਫਿਰ ਉਹ ਵਧੀਆ ਲੱਗਿਆ? ਹਾਂਜੀ। ਅਤੇ ਇੰਟਰਵਿਊ ਫਿਰ ਕਰੀਏ ਖਤਮ, ਭੁੱਖ ਲੱਗੀ ਹੋਊ? ਹਾਂਜੀ। ਪੀਜ਼ਾ ਖਾਣ ਚੱਲੀਏ? ਹਾਂਜੀ, ਚਲੋ। ਸੋ ਦੋਸਤੋ, ਅੱਜ ਦੇ ਸਾਡੇ ਮਹਿਮਾਨ ਨੰਨੇ ਮੁੰਨੇ ਸੀਗੇ ਇਹ, ਅਤੇ ਇਹਨਾਂ ਨਾਲ ਆਪਾਂ ਬਹੁਤ ਸੋਹਣੀਆਂ ਗੱਲਾਂ ਕਰੀਆਂ, ਪਿਆਰੀਆਂ ਪਿਆਰੀਆਂ ਨਿੱਕੀਆਂ ਨਿੱਕੀਆਂ ਗੱਲਾਂ। ਸੋ ਕਿਉਂਕਿ ਦੋਸਤੀ ਜਿਹੜੀ ਬਚਪਨ ਦੀ ਦੋਸਤੀ ਹੁੰਦੀ ਆ ਮੇਰੇ ਖਿਆਲ 'ਚ, ਉਹ ਬਹੁਤ ਭੋਲੀ ਦੋਸਤੀ ਹੁੰਦੀ ਹੈ, ਅਤੇ ਉਹ ਲੰਮੇ ਸਮੇਂ ਤੱਕ ਵੀ ਚੱਲਦੀ ਹੈ। ਤੁਸੀਂ ਵੀ ਇਹ ਚੀਜ਼ ਮਹਿਸੂਸ ਕਰੀ ਹੋਣੀ ਹੈ, ਜਿਹੜੇ ਸਾਡੇ ਸਕੂਲ ਦੇ ਦੋਸਤ ਹੁੰਦੇ ਨੇ ਉਹ ਸਾਡੇ ਨਾਲ ਸਾਰੀ ਉਮਰ ਤਕਰੀਬਨ ਵਰਤਦੇ ਰਹਿੰਦੇ ਨੇ। ਸੋ ਇਹ ਬਹੁਤ ਸਾਰੇ ਬਹੁਤ ਸੋਹਣੀ ਪਿਆਰੀ ਅਤੇ ਨਿੱਕੀ ਜਿਹੀ ਦੋਸਤੀ ਮੈਨੂੰ ਅੱਜ ਵਧੀਆ ਲੱਗੀ, ਤੁਹਾਨੂੰ ਵੀ ਵਧੀਆ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਫਿਰ ਅਗਲੇ ਐਪੀਸੋਡ 'ਚ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ।